ਅੱਜ ਮੁਕੇਰੀਆਂ 'ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਮੁਕੇਰੀਆਂ 'ਚ ਵੱਖ-ਵੱਖ ਥਾਵਾਂ 'ਤੇ ਸਮਾਗਮ ਕਰਵਾ ਰਹੇ ਭਾਜਪਾ ਆਗੂਆਂ ਦਾ ਮੁਕੇਰੀਆਂ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਦੀ ਭਿਣਕ ਪੈਂਦਿਆਂ ਹੀ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਤੁਰੰਤ ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਫ਼ੀ ਜੱਦੋਜਹਿਦ ਬਾਅਦ ਕਿਸਾਨਾਂ ਨੂੰ ਰੋਕਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਉਹਨਾਂ ਵੱਲੋਂ ਭਾਜਪਾ ਦਾ ਕੋਈ ਵੀ ਸਮਾਗਮ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨਾਂ ਦੇ ਹੱਥਾਂ 'ਚ ਕਾਲੀਆਂ ਝੰਡੀਆਂ ਫੜ ਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਹੋਇਆਂ ਆਮ ਲੋਕਾਂ ਨੂੰ ਵੀ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਕਿਸਾਨਾਂ ਦਾ ਸਾਥ ਦੇਣ ਅਤੇ ਭਾਜਪਾ ਆਗੂਆਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ। ਮੁਕੇਰੀਆਂ ਤੋਂ ਹੁਸ਼ਿਆਰਪੁਰ ਨਿਊਜ਼ ਦੇ ਨਾਲ ਦਿਲਬਾਗ ਸਿੰਘ ਗੁਰਾਇਆ ਅਤੇ ਰਵਿੰਦਰ ਸਿੰਘ ਖਾਲਸਾ ਦੀ ਰਿਪੋਰਟ। ਅੱਜ ਜਿਸ ਪ੍ਰਕਾਰ ਦੇ ਨਾਲ ਪਿਛਲੇ ਕੱਲ ਦੇਰ ਸ਼ਾਮ ਜਿਹੜਾ ਦੱਸਿਆ ਬੀਜੇਪੀ ਨੇ ਵੀ ਅਸੀਂ ਮਨਕੋਟੀਆ ਫਾਰਮ ਜਾਂ ਬਹਿਬਲ ਮੱਝ ਦੇ ਵਿੱਚ ਜਿਹੜਾ ਇਹਨਾਂ ਕਾਨੂੰਨਾਂ ਨੂੰ ਸਮਝਾਉਣ ਦੇ ਲਈ ਪ੍ਰੋਗਰਾਮ ਰੱਖਿਆ ਹੋਇਆ ਹੈ, ਕਿਸਾਨ ਮੁਕੇਰੀਆਂ ਦੀਆਂ 7 ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਕੱਲ ਦੇਰ ਸ਼ਾਮ ਹੀ ਐਲਾਨ ਕਰ ਦਿੱਤਾ ਵੀ ਜਿੱਥੇ ਵੀ ਇਹ ਕੱਟ ਕਰਨਗੇ, ਕਿਉਂਕਿ ਪਿਛਲੇ ਸਮੇਂ ਤੋਂ ਜਿੱਥੇ ਵੀ ਕੱਟ ਕਰਦੇ ਰਹੇ ਉੱਥੋਂ ਘਰਾਬ ਕਰਦੇ ਆਏ ਆ, ਅਤੇ ਅੱਜ ਕਿਸਾਨ ਜਥੇਬੰਦੀਆਂ ਨੇ ਇਕੱਠਿਆਂ ਹੋ ਕੇ ਪਹਿਲਾਂ ਬਹਿਮਨਮਨ ਪਿੰਡ ਦੇ ਵਿੱਚ ਕੱਟ ਕਰਕੇ ਬੀਜੇਪੀ ਦੇ ਲੀਡਰਾਂ ਨੂੰ ਉੱਥੋਂ ਭਜਾਇਆ ਹੈ ਅਤੇ ਭੱਜੇ ਆਏ ਖੇਤਾਂ ਦੇ ਵਿੱਚੋਂ ਲੋਕਾਂ ਨੂੰ ਦੇਖ ਕੇ, ਉਹ ਲੋਕ ਜਿਹੜੇ ਅਸਲ ਦੇ ਵਿੱਚ ਕਿਸਾਨ ਹੈ ਜਿਹੜੇ ਨਰੋਲ ਕਿਸਾਨੀ ਦੇ ਵਿੱਚੋਂ ਆਉਂਦੇ ਆ ਉਹਨਾਂ ਨੂੰ ਦੇਖ ਕੇ ਇਹ ਬੀਜੇਪੀ ਦੇ ਲੀਡਰ ਬਹਿਬਲਮੈਂਟ ਪਿੰਡ ਦੇ ਵਿੱਚੋਂ ਪਹਿਲਾਂ ਭੱਜੇ ਆ ਅਤੇ ਜਦੋਂ ਇਹ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਜਦੋਂ ਮਨਕੋਟੀਆ ਫਾਰਮ ਦੇ ਵੱਲ ਨੂੰ ਚੱਲਣਾ ਸ਼ੁਰੂ ਕਰ ਦਿੱਤਾ ਅਤੇ ਇੱਥੇ ਵੀ ਜਿਹੜੇ ਵੱਡੇ ਪੱਧਰ ਦੇ ਉੱਪਰ ਬੀਜੇਪੀ ਦੇ ਲੀਡਰ ਕੰਧਾ ਟੱਪ ਕੇ ਭੱਜੇ ਆ, ਕਿਸੇ ਵੀ ਪ੍ਰਕਾਰ ਦਾ ਪ੍ਰੋਗਰਾਮ ਜਿਹੜਾ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਨੂੰ ਕਰਨ ਨਹੀਂ ਦਿੱਤਾ। ਅਤੇ ਇੱਥੋਂ ਹੀ ਅਸੀਂ ਅਗਲਾ ਵੀ ਐਲਾਨ ਕਰਦੇ ਹਾਂ ਕਿ ਬੀਜੇਪੀ ਦੇ ਲੀਡਰ ਅਤੇ ਬੀਜੇਪੀ ਇਹ ਸਾਡੇ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਕਰ ਰਹੀ ਹੈ ਅਤੇ ਪ੍ਰਸ਼ਾਸਨ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਹਾਂ ਜੋ ਅੱਜ ਕੀਤਾ ਇਹ ਭਵਿੱਖ ਦੇ ਵਿੱਚ ਨਾ ਹੋਵੇ, ਅਤੇ ਅਸੀਂ ਐਲਾਨ ਕਰਦੇ ਹਾਂ ਵੀ ਅਗਲੇ ਕਿਸੇ ਵੀ ਪਿੰਡ ਜਾਂ ਸ਼ਹਿਰ ਦੇ ਵਿੱਚ ਜੇ ਬੀਜੇਪੀ ਦੇ ਕਿਸੇ ਵੀ ਲੀਡਰ ਨੇ ਕੋਈ ਪ੍ਰੋਗਰਾਮ ਕੀਤਾ ਅਤੇ ਹੋਰ ਤਿੱਖੇ ਰੂਪ ਦੇ ਵਿੱਚ ਹੋਰ ਵੱਡੇ ਇਕੱਠ ਦੇ ਨਾਲ ਉਹਦਾ ਬਾਈਕਾਟ ਕਰਾਂਗੇ। ਅਤੇ ਜਿਹੜਾ ਮਨਕੋਟੀਆ ਫਾਰਮ ਦੇ ਵਿੱਚ ਅੱਜ ਪ੍ਰੋਗਰਾਮ ਕੀਤਾ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇਹ ਸਾਰੇ ਮੁਕੇਰੀਆਂ ਦੇ ਹਰ ਇੱਕ ਪਰਿਵਾਰ ਨੂੰ, ਕਿਸਾਨ ਨੂੰ, ਮਜ਼ਦੂਰ ਨੂੰ ਹੱਥ ਜੋੜ ਕੇ ਬੇਨਤੀ ਹੈ ਮਨਕੋਟੀਆ ਫਾਰਮ ਦਾ ਪੂਰਨ ਤੌਰ ਦੇ ਉੱਪਰ ਬਾਈਕਾਟ ਕੀਤਾ ਜਾਵੇ। ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਇੰਦਰਜੀਤ ਸਿੰਘ ਖਾਲਸਾ ਜੀ, ਪਗੜੀ ਸੰਭਾਲ ਜੱਟਾ ਲਹਿਰ ਮੁਕੇਰੀਆਂ ਤੋਂ। ਸਰ, ਅੱਜ ਜਿਹੜਾ ਇੱਕ ਕਿਸਾਨਾਂ ਦਾ ਇਕੱਠ ਹੋਇਆ ਮਨਕੋਟੀਆ ਫਾਰਮ ਦੇ ਵਿੱਚ, ਇਹ ਕੀ ਕਾਰਨ ਦਾ? ਇਹਨਾਂ ਨੇ ਜੀ ਜਿਹੜਾ ਹਲੇ ਭਾਜਪਾ ਦੇ ਹਲਕਾ ਇੰਚਾਰਜ ਨੇ ਸ਼੍ਰੀ ਜੰਗੀ ਲਾਲ ਜੀ ਮਹਾਜਨ ਸਾਹਿਬ, ਉਹਨਾਂ ਨੇ ਜੀ ਇੱਕ ਕਾਲ ਦਿੱਤੀ ਸੀਗੀ ਆਪਣੇ ਭਾਜਪਾ ਵਰਕਰਾਂ ਨੂੰ ਕਿ ਅਸੀਂ ਪਹਿਲਾਂ ਇਕੱਠੇ ਹੋਣਾ ਮਨਕੋਟੀਆ ਪੈਲਸ ਦੇ ਵਿੱਚ ਅਤੇ ਉੱਥੇ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦੀ ਜਨਮ ਤਿਥੀ ਦੇ ਉੱਪਰ ਉਹਨਾਂ ਨੇ ਸ਼ਰਧਾਂਜਲੀ ਦੇਣੀ। ਉਹਦੇ ਤੋਂ ਬਾਅਦ ਇਹਨਾਂ ਨੇ ਕਿਸਾਨੀ ਬਿੱਲਾਂ ਦੇ ਫਾਇਦੇ ਸਮਝਾਉਣ ਦੀ ਇੱਕ ਪਿੰਡ ਬਹਿਲ ਮੱਝ ਦੇ ਵਿੱਚ ਆਪਣੀ ਮੀਟਿੰਗ ਰੱਖੀ ਸੀ ਕਿ ਅਸੀਂ ਕਿਸਾਨਾਂ ਨੂੰ ਸਮਝਾਉਣਾ, ਪਰ ਉੱਥੇ ਕਿਸਾਨ ਕੋਈ ਨਹੀਂ, ਸਿਰਫ ਆਪਣੇ ਭਾਜਪਾ ਦੇ ਬੰਦੇ ਇਕੱਠੇ ਕਰਕੇ ਅਤੇ ਉਹਨਾਂ ਨਾਲ ਇੱਕ ਮੀਟਿੰਗ ਦੇ ਉੱਪਰ ਮੈਸੇਜ ਪਾਉਣਾ ਸੀ ਕਿ ਮੈਂ ਕਿਸਾਨਾਂ ਨੂੰ ਬਿੱਲ ਸਮਝਾ ਕੇ ਆਇਆ। ਪਰ ਜਦੋਂ ਕਿਸਾਨ ਜਥੇਬੰਦੀਆਂ ਪਿੰਡ ਬਹਿਲ ਮੱਝ ਵਿੱਚ ਗਈਆਂ ਪਹੁੰਚੀਆਂ ਅਤੇ ਉੱਥੇ ਜੰਗੀ ਲਾਲ ਮਹਾਜਨ ਸਾਹਿਬ ਪਹੁੰਚੇ ਹੀ ਨਹੀਂ, ਅਤੇ ਉਹਨਾਂ ਦੇ ਦੋ ਤਿੰਨ ਜਿਹੜੇ ਨਾਲ ਉਹਨਾਂ ਦੇ ਹੁੰਦੇ ਬੰਦੇ ਪ੍ਰਦੀਪ ਕਟੋਚ ਅਤੇ ਸੰਦੀਪ ਮਨਾਸ, ਇਹ ਬੰਦੇ ਅੰਦਰ ਹੀ ਲੁਕੇ ਰਹੇ। ਅਤੇ ਜਦੋਂ ਕਿਸਾਨ ਆਏ ਤਾਂ ਅਸੀਂ ਉੱਥੇ ਬੈਠੇ ਪੁਲਿਸ ਪ੍ਰਸ਼ਾਸਨ ਨਾਲ ਕਿ ਹਾਓ ਜੀ ਸਾਨੂੰ ਦੱਸੋ ਬਿੱਲ, ਅਤੇ ਉਦੋਂ ਇਹ ਕੰਧਾਂ ਟੱਪ ਗਏ ਅਤੇ ਉੱਥੋਂ ਪਹਿਲਾਂ ਬਹਿਲ ਮੱਝ ਵਿੱਚੋਂ ਭੱਜੇ। ਉਸ ਤੋਂ ਬਾਅਦ ਜਦੋਂ ਅਸੀਂ ਮਨਕੋਟੀਆ ਫਾਰਮ ਦੇ ਵਿੱਚ ਆਏ, ਮਨਕੋਟੀਆ ਪੈਲਸ ਮੁਕੇਰੀਆਂ, ਅਤੇ ਉੱਥੇ ਆਣ ਕੇ ਇਹਨਾਂ ਦੇ 10-12 ਬੰਦੇ ਬੈਠੇ ਸੀਗੇ ਅਤੇ ਪੁਲਿਸ ਪ੍ਰਸ਼ਾਸਨ ਬਾਹਰ ਖੜ੍ਹਾ ਸੀ। ਅਸੀਂ ਪੁੱਛਿਆ ਕਿ ਇਹਨਾਂ ਨੂੰ ਪੁੱਛ ਲਈਏ ਕਿ ਸਾਨੂੰ ਦੱਸੋ ਕਿਸਾਨੀ ਬਿੱਲਾਂ ਦੇ ਫਾਇਦੇ, ਕਿ ਨਰਿੰਦਰ ਤੋਮਰ ਤਾਂ ਹੱਥ ਖੜ੍ਹੇ ਕਰ ਗਿਆ, ਸੈਂਟਰ ਦੀ ਸਰਕਾਰ ਹੱਥ ਖੜ੍ਹੇ ਕਰ ਗਈ, ਜੋ ਖੁਦ ਮੰਨ ਗਏ ਕਿ ਇਹ ਬਿੱਲਾਂ ਦੇ ਵਿੱਚ ਤਰੁੱਟੀਆਂ ਨੇ, ਅਤੇ ਇਹਨਾਂ ਦਾ ਜਿਹੜਾ ਐਗਰੀ ਬਿੱਲਾਂ ਦਾ ਸੈਕਰੇਟਰੀ ਬਣਾਇਆ ਸੀਗਾ ਉਹ ਵੀ ਆਪਣੀ ਗਲਤੀ ਮੰਨ ਗਿਆ।
ਉਹ ਸਮਝਾ ਨਹੀਂ ਸਕੇ। ਦਿੱਲੀ ਦੇ ਵਿੱਚ ਕਿਸਾਨਾਂ ਨੂੰ ਹਜੇ ਤੱਕ ਕਿਸੇ ਪਾਸੇ ਲਾ ਨਹੀਂ ਸਕੇ, ਫੈਸਲਾ ਸਿੱਟੇ ਵਜੋਂ ਫੈਸਲਾ ਨਹੀਂ ਕੱਢ ਸਕੇ। ਅਤੇ ਜੰਗੀ ਲਾਲ ਮਹਾਜਨ ਸਾਹਿਬ ਜੀ ਵੀ ਤਾਂ ਕਿੰਨੇ ਕੁ ਸਿਆਣੇ ਹੋ ਗਏ ਕਿ ਜਿਹੜੇ ਬਿੱਲਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਆਏ ਅਤੇ ਕਿਸਾਨਾਂ ਨੂੰ ਨਹੀਂ ਕਿਸਾਨਾਂ ਨੂੰ ਨਹੀਂ ਸਮਝ ਸੀ ਇਹ ਸਮਝਾਉਣ ਆਏ। ਅਸੀਂ ਗਏ ਅਤੇ ਉੱਥੇ ਕੋਈ ਵੀ ਨਹੀਂ ਮਿਲਿਆ, ਇਹ ਸਾਰੇ ਪਹਿਲਾਂ ਹੀ ਆਪਣੀਆਂ ਕੁਰਸੀਆਂ ਛੱਡ ਕੇ ਅਤੇ ਸਕੂਟਰੀਆਂ ਫੜ ਕੇ ਅਤੇ ਭੱਜਦੇ ਦਿਖੇ। ਸਰ ਇਹਨਾਂ 'ਚੋਂ ਨਾ ਵਾਰ ਵਾਰ ਬੀਜੇਪੀ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਬਿੱਲ ਨੇ ਇਹ ਕਿਸਾਨਾਂ ਦੇ ਹਿੱਤ 'ਚ ਨੇ, ਪਰ ਜਿਹੜੀਆਂ ਪਾਰਟੀਆਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਉਹੀ ਤਾਂ ਅਸੀਂ ਇਹ ਕਹਿਣ ਡੇ ਕਿ ਸਰ ਇਹ ਹੀ ਆ ਕਿ ਸਾਨੂੰ ਦੱਸਣ ਤਾਂ ਸਹੀ ਕਿ ਸਾਨੂੰ ਨਹੀਂ ਪਤਾ ਲੱਗਾ ਇਹ ਬਿੱਲ ਸਾਡੇ ਹਿੱਤ 'ਚ ਨੇ, ਸਾਨੂੰ ਕਿਹੜੀ ਪਾਰਟੀ, ਸਾਡੇ ਧਰਨੇ ਦੇ ਵਿੱਚ ਕੋਈ ਪਾਰਟੀ ਨਹੀਂ ਆਉਂਦੀ। ਤੁਸੀਂ ਦਿੱਲੀ ਧਰਨਿਆਂ ਦੀ ਐਗਜ਼ਾਮਪਲ ਦੇਖ ਲਓ ਕਿ ਉੱਥੇ ਕਿਸੇ ਵੀ ਰਾਜਨੀਤਿਕ ਨੇਤੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਅਤੇ ਨਾ ਕੋਈ ਸਟੇਜ ਸ਼ੇਅਰ ਕਰ ਸਕਦਾ। ਇਹ ਆਪ ਮੁਹਾਰੇ ਕਿਸਾਨ ਤੁਰਿਆ ਹੋਇਆ, ਸਾਨੂੰ ਦੱਸੇ ਤਾਂ ਸਹੀ ਸਾਡਾ ਫਾਇਦਾ ਕਿਹੜਾ, ਇਹ ਸਾਨੂੰ ਦੱਸਣਗੇ ਜਿਨ੍ਹਾਂ ਨੂੰ ਆਪ ਅੱਜ ਤੱਕ ਕਣਕ ਦੇ ਬੀਜ ਦਾ ਨਹੀਂ ਪਤਾ, ਝੋਨੇ ਦਾ ਨਹੀਂ ਪਤਾ, ਫਸਲਾਂ ਬਾਰੇ ਗਿਆਨ ਕੋਈ ਨਹੀਂ, ਉਹ ਸਾਨੂੰ ਦੱਸਣਗੇ। ਇਹ ਜਿਹੜੀ ਗੱਲ ਇਕੱਲੀ ਗੱਲ ਕਿਸਾਨਾਂ ਦੀ ਨਹੀਂ, ਮਜ਼ਦੂਰਾਂ ਦੀ ਵੀ ਨਾਲ ਆ, ਇਹ ਸਾਰੇ ਕਾਰਪੋਰੇਟਸ ਘਰਾਣਿਆਂ ਦੇ ਇਹ ਬੰਦੇ ਏਜੰਟ ਬਣ ਕੇ ਪੇਸ਼ ਹੋ ਰਹੇ ਨੇ ਅਤੇ ਇਸ ਕਰਕੇ ਇਹਨਾਂ ਨੂੰ ਅਸੀਂ ਪੁੱਛਦੇ ਪਏ ਹਾਂ ਕਿ ਸਾਨੂੰ ਦੱਸੋ ਕਿਹੜੇ ਹਿੱਤਾਂ ਦੀ ਗੱਲ ਕਰਨੀ।